ਨਿਕਲ ਦੀ ਉਹ ਗੱਲਾਂ ਚੋਂ ਵੱਜਦਾ ਫਿਰਦਾ ਨਾ ਸੱਥ ਵੇਲੀ ਨਾ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਨਾ ਸੱਥ ਵੇਲੀ ਨਾ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਇਸ਼ਕਾ ਬਾਬੇ ਉਹ ਗਲੀਆਂ 'ਚ ਨਚਾਉਂਦਾ ਸਖੀ ਸੁਲਤਾਨ ਪੀਰ ਲਾਲਾਂ ਵਾਲਾ ਵੀ ਕਹਿੰਦੇ ਨੇ ਜਿਹਨੇ ਦਾਨੀ ਬੀਬੀ ਤਾਰਤੀ ਮੋਇਆ ਲਾਲ ਕਲਾਇਆ ਭਾਗਣ ਗੁਜਰੀ ਤੌਰ 'ਤੇ ਉਸਰ ਝੋਟੀਆਂ ਨਾਲ ਦੋਜ ਪਿਆ ਮੀਰ ਛੱਲੇ ਨੂੰ ਤਾਰਿਆ ਫਲ ਬਣਾ ਲਾਇਆ ਈਸਾ ਬਾਣੀਆਂ ਤਾਰਿਆ ਲੱਕੀ ਬਣ ਚਲਾਇਆ ਉਹ ਫੇਰੂ ਬ੍ਰਾਹਮਣ ਤਾਰਿਆ ਦੇਹੀ ਦਾ ਕੁਣ ਗਵਾਇਆ ਪਿਰ 'ਤੇ ਜੱਟ ਨੂੰ ਤਾਰਿਆ ਬਿਨਾਂ ਧੁਰਾ ਤੋਂ ਗੱਡਾ ਚਲਾਇਆ ਜਿਹਨੇ ਜਲ ਵਾਲੀ ਮਛਲੀ ਤਾਰਤੀ ਲੱਗਿਆ ਜਾਲ ਕਲਾਇਆ ਜਿਹਨੇ ਜਲ ਵਾਲਾ ਕੱਚੂ ਤਾਰਿਆ ਵਿੱਚ ਨਗਾਹੇ ਕਰਨ ਸਲਾਮਾ ਆਇਆ ਔਰ ਰੋਹੀ ਵਾਲੀ ਹਾਰਨੀ ਤਾਰਤੀ ਵਿਛੜਿਆ ਵਕਤ ਮਲਾਇਆ ਦਾਈ ਗਲੀਮਾ ਤਾਰਤੀ ਦਿਸ ਨੱਖਾਂ ਤੋਂ ਲਾਇਆ ਜਿਹਨੇ ਲੱਖੀ ਬੰਜਾਰਾ ਤਾਰਿਆ ਡੁੱਬਦਾ ਜਹਾਜ਼ ਬੰਨੇ ਲਾਇਆ ਜਿਹਨੇ ਰੂੜੀ ਮਾਤਾ ਤਾਰਤੀ 12 ਸਾਲ ਬਾਅਦ ਬੇੜਾ ਬੰਨੇ ਲਾਇਆ ਸ਼ਾਹੇ ਜਲਾਨੀ ਜਿਹਨਾਂ ਦੇ 11 ਨਾਮ 11ਵੀਂ ਵਾਲੀ ਸੱਚੀ ਸਰਕਾਰ ਸਾਡੇ ਲੋਕ ਸਾਰੇ ਉਹਨਾਂ ਨੂੰ ਜਾਣਦੇ ਆ ਸਿਰਫ ਇੱਥੋਂ ਕਿ ਉਹਨਾਂ ਨੇ 12 ਸਾਲ ਬਾਅਦ ਬੇੜਾ ਤਾਰਿਆ ਨਹੀਂ ਮੇਰੀ ਸਰਕਾਰ ਨੇ ਫਰਿਸ਼ਤਿਆਂ ਤੋਂ ਥੱਪੜ ਮਾਰ ਕੇ ਰੂਹਾਂ ਛੜਵਾਈਆਂ ਮੇਰੀ ਸਰਕਾਰ ਨੇ ਜਦੋਂ ਫਰਿਸ਼ਤੇ ਮੁਹੰਮਦ ਸਰਕਾਰ ਨੂੰ ਉੱਪਰ ਲਈ ਜਾਂਦੇ ਸੀ ਤਾਂ ਅੱਲਾ ਦੀ ਦੁਨੀਆਂ ਜਦੋਂ ਸਟਾਰਟ ਹੋਈ ਉਹਨਾਂ ਦੇ ਫਰ ਜਾਣ ਲੱਗ ਗਏ ਜਦੋਂ ਉਹਨਾਂ ਦੇ ਫਰ ਜਾਣ ਲੱਗ ਗਏ ਕਹਿੰਦੇ ਮਾਲਕ ਤੂੰ ਗਾਹਾਂ ਅਸੀਂ ਜਾ ਨਹੀਂ ਸਕਦੇ ਤਾਂ ਮੁਹੰਮਦ ਸਰਕਾਰ ਨੇ ਬੋਲਿਆ ਕੋਈ ਐਸੀ ਰੂਹ ਜਿਹੜੀ ਹੈ ਜਿਹੜੀ ਇਸ ਟਾਈਮ ਕੰਧਾ ਦੇਵੇ ਤਾਂ ਮੁਹੰਮਦ ਸਰਕਾਰ ਨੂੰ ਕਹਿੰਦਾ ਆਇਆ ਮੇਰੀ ਗੌਸ ਪਾਕ ਸਰਕਾਰ ਨੇ ਜਿੱਥੋਂ ਸਰਕਾਰ ਮੇਰੀ ਨੇ ਕਿਹਾ ਵੀ ਕੁੱਲ ਬਲੀਆਂ ਦੇ ਔਲੀਆਂ ਦੇ ਅਬਦਾਲਾਂ ਦੇ ਕੰਧੇ 'ਤੇ ਕਦਮ ਤੇਰਾ ਔਰ ਇਸ ਕਰਕੇ ਪੀਰਾਂ ਦੇ ਪੀਰ ਦਸਤਗੀਰ ਮੰਨੇ ਜਾਂਦੇ ਮੇਰੇ 11ਵੀਂ ਵਾਲੀ ਸਰਕਾਰ ਪੀਰ ਮੇਰਾ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀਰ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀਰ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀਰ ਮੇਰੇ ਦਾਦੇ ਨੂੰ ਕਲਯੁਗ 'ਚ ਪੀਰ ਲੱਖਾਂ ਦੇ ਦਾਤੇ ਨੂੰ ਪੀਰ ਸਖੀ ਸੁਲਤਾਨ ਪੀਰ ਲੱਖ ਦਾਤਾ ਲਾਲਾਂ ਵਾਲਾ ਪੀਰ ਸਾਰੀ ਦੁਨੀਆ ਜਾਣਦੀ ਔਰ ਨਗਾਹੇ ਹਰ ਇੱਕ ਜਿੱਦਾਂ ਨਗਾਹਾ ਬਣਿਆ ਹੈ ਊਨੇ 'ਚ ਔਰ ਨਗਾਹਾ ਲੰਘਿਆਂ ਨੇ ਨਗਾਹੇ ਚੁਸਮੇ ਵਾਲਾ ਔਰ ਨਗਾਹਾ ਬਲਤਾਨ ਦੇ ਅੰਦਰ ਪਰ ਮੇਰੇ ਪੀਰ ਨੂੰ ਹਰ ਜਗ੍ਹਾ ਮੰਨ ਸਕਦੇ ਕਿਉਂਕਿ ਇਹ ਤਾਂ ਹਰ ਜਗ੍ਹਾ ਹੀ ਹਾਜ਼ਰ ਹੁੰਦੇ ਨੇ ਬਲੀ ਪੀਰ ਪੈਗੰਬਰ ਔਲੀਏ ਸੰਤ ਗੁਰੂ ਇਹ ਲੋਕ ਕਦੀ ਮਰਦੇ ਨਹੀਂ ਔਰ ਧੰਨ ਕਮਾਈ ਨਾਨਕਾ ਟਿੱਕਾ ਲਿਆ ਹਜ਼ੂਰਾਂ ਪੂਰਾ ਬਾਬਾ ਵਾਲੇ ਸਲਾਈਆਂ ਹੋਲਾਂ ਪੱਕੇ ਭਗਵਾਨ ਚਾਰੇ ਕੂਟਾਂ ਨਿਆਉਣਗੀਆਂ ਸਰਬਰਾ ਕਹਿਣਗੀਆਂ ਸਖੀ ਸੁਲਤਾਨ ਤਾਰ ਦਿੰਦਾ ਏ ਉਹਨੂੰ